ਆ ਤਾਂ ਰੱਬ ਨੇ ਬਹੁਤ ਹੀ ਵੱਡਾ ਕਹਿਰ ਢਾ ਦਿੱਤਾ। ਮੁੰਡੇ ਨੇ ਪੁਲਿਸ 'ਚ ਭਰਤੀ ਹੋਣ ਦੇ ਲਈ ਕਈ ਸਾਲ ਮਿਹਨਤ ਕੀਤੀ। ਮੈਡੀਕਲ ਤੋਂ ਬਾਅਦ ਉਸਨੇ ਭਰਤੀ ਦੇ ਵਿੱਚ ਜੁਆਇਨ ਕਰਨਾ ਸੀ, ਪੁਲਿਸ ਦੇ ਵਿੱਚ ਜੁਆਇਨ ਕਰਨਾ ਸੀ। ਉਸਦੀ ਭਰਤੀ ਹੋ ਚੁੱਕੀ ਸੀ, ਫਿਜ਼ੀਕਲ ਟੈਸਟ ਨਿਕਲ ਚੁੱਕਿਆ ਸੀ ਕਿ ਐਕਸੀਡੈਂਟ ਦੇ ਵਿੱਚ ਮੁੰਡੇ ਦੀ ਮੌਤ ਹੋ ਗਈ। ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ, ਕਿਉਂਕਿ ਮੁੰਡੇ ਨੇ ਕਾਫੀ ਚਿਰ ਲਗਾ ਕੇ ਮਿਹਨਤ ਕੀਤੀ ਸੀ। ਮਿਹਨਤ ਕਰਕੇ ਪਹਿਲਾਂ ਫਿਜ਼ੀਕਲ ਟੈਸਟ ਕੱਢਿਆ, ਫਿਰ ਰਿਟਨ ਟੈਸਟ ਕੱਢਿਆ, ਫਿਰ ਉਸ ਤੋਂ ਬਾਅਦ ਸਿਰਫ ਮੈਡੀਕਲ ਕਰਵਾਉਣ ਕੇ ਜੁਆਇਨ ਕਰਨੀ ਸੀ ਪੰਜਾਬ ਪੁਲਿਸ ਦੀ ਨੌਕਰੀ ਕਿ ਮੁੰਡੇ ਦੀ ਮੌਤ ਹੋ ਗਈ। ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹੇ ਗਿੱਦੜਬਾਹਾ ਦੇ ਮਲੋਟ ਦੇ ਵਿੱਚ, ਮਲੋਟ ਗਿੱਦੜਬਾਹਾ ਮੁੱਖ ਸੜਕ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਹੁੰਦਾ ਹੈ। ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ, ਜਿਸਨੇ 2 ਦਿਨਾਂ ਬਾਅਦ ਪੁਲਿਸ ਫੋਰਸ ਜੁਆਇਨ ਕਰਨੀ ਸੀ। ਗਿੱਦੜਬਾਹਾ ਵਿਖੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਅਨੁਸਾਰ ਮ੍ਰਿਤਕ ਨੌਜਵਾਨ ਦੀ ਪੁਲਿਸ ਭਰਤੀ ਦੇ ਲਈ ਸਿਲੈਕਸ਼ਨ ਹੋ ਚੁੱਕੀ ਸੀ ਅਤੇ ਮੈਡੀਕਲ ਤੋਂ ਬਾਅਦ ਉਸਨੇ ਜੁਆਇਨ ਕਰਨਾ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ ਇੱਕ ਤੇਜ਼ ਰਫ਼ਤਾਰ ਟਰੱਕ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਟੱਕਰ ਮਾਰ ਦਿੰਦਾ ਹੈ, ਜਿਸ ਦੇ ਵਿੱਚ ਹਰਮਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ। 10 ਮਾਰਚ ਨੂੰ ਉਸਦਾ ਮੈਡੀਕਲ ਹੋਣਾ ਸੀ, ਜਿਸ ਤੋਂ ਬਾਅਦ ਉਸਨੇ ਪੰਜਾਬ ਪੁਲਿਸ ਜੁਆਇਨ ਕਰ ਲੈਣੀ ਸੀ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗਿੱਦੜਬਾਹਾ ਤੋਂ ਇਹ ਮਲੋਟ ਵੱਲ ਘਰੇਲੂ ਕੰਮ ਲਈ ਨਿਕਲਦਾ ਹੈ ਤਾਂ ਰਾਹ ਦੇ ਵਿੱਚ ਇਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਅਤੇ ਹਰਮਿੰਦਰ ਦੀ ਮੌਤ ਹੋ ਗਈ। 10 ਮਾਰਚ ਨੂੰ ਮੈਡੀਕਲ ਕਰਵਾ ਕੇ ਪੁਲਿਸ ਫੋਰਸ ਜੁਆਇਨ ਕਰਨੀ ਸੀ, ਦੇਸ਼ ਦੀ ਸੇਵਾ ਕਰਨੀ ਸੀ, ਪਰ ਹਰਮਿੰਦਰ ਸਿੰਘ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕੀ ਨਾਮ ਕੀ ਹੈ ਬਾਈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਬੇਟੇ ਦਾ ਨਾਮ ਕੀ ਸੀਗਾ? ਹਰਮਿੰਦਰ ਸਿੰਘ ਜੀ। ਕੀ ਗੱਲਬਾਤ ਬਣੀ ਹੈ ਜੀ? ਗੱਲਬਾਤ ਸਰ, ਉਹਦਾ ਆਪਣਾ ਬੱਚੇ ਦਾ 10 ਤਰੀਕ ਨੂੰ ਆਪਣਾ ਪੰਜਾਬ ਪੁਲਿਸ 'ਚ ਮੈਡੀਕਲ ਟੈਸਟ ਸੀ ਅਤੇ ਬਸ ਉਸ ਤੋਂ ਬਾਅਦ ਜਿਉਣੀ ਹੋਣੀ ਸੀਗੀ ਅਤੇ ਮੇਰਾ ਬੱਚਾ ਕੱਲ੍ਹ ਆਪਣਾ ਐਕਟਿਵਾ 'ਤੇ ਪਿੰਡੋਂ ਸ਼ਹਿਰੋਂ ਪਿੰਡ ਜਾ ਰਿਹਾ ਸੀਗਾ। ਕਿਹੜੇ ਪਿੰਡੋਂ ਆ ਰਿਹਾ ਸੀ? ਗਿੱਦੜਵਾ ਤੋਂ ਆਪਣਾ ਫਕਰਸਰ ਜਾ ਰਿਹਾ ਸੀਗਾ ਜੀ ਅਤੇ ਇਹ ਜਿਹੜੇ ਗੱਡੀ ਵਾਲੇ ਆ ਇਹਨਾਂ ਨੇ ਪਿੱਛੋਂ ਫੇਟ ਮਾਰੀ, ਜਿਸ ਕਾਰਨ ਮੇਰੇ ਬੱਚੇ ਦੀ ਉੱਥੇ ਡਿਵਾਈਡਰ 'ਤੇ ਸਿਰ ਵੱਜਣ ਕਰਕੇ ਮੌਤ ਹੋ ਗਈ। ਮੈਂ ਚਾਹੁੰਦਾ ਵੀ ਮੈਨੂੰ ਇਨਸਾਫ਼ ਮਿਲੇ ਅਤੇ ਇਹਨਾਂ 'ਤੇ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ? ਹਾਂ, ਗੱਡੀ ਵਾਲੇ ਦਾ ਪਤਾ ਲੱਗ ਗਿਆ ਜੀ, ਸਾਡੇ ਬੰਦੇ ਸੀਗੇ ਜਿਹੜੇ ਮਗਰੀ ਸੀਗੇ ਜੀ ਅਤੇ ਉਹਨਾਂ ਨੇ ਨੰਬਰ ਵੀ ਵੇਖਿਆ, ਸਾਰਾ ਗੱਡੀ ਦਾ ਸਾਰਾ ਕੁਛ ਵੇਖਿਆ ਜੀ। ਗੱਡੀ ਦਾ ਨੰਬਰ ਕਲੀਅਰ ਅਸਾਂ ਪਤਾ ਜੀ, ਉਹੀ ਗੱਡੀ ਹੈ। ਕੀ ਮੰਗ ਕੀ ਹੈ ਹੁਣ ਤੁਹਾਡੀ? ਸਾਨੂੰ ਤਾਂ ਇਨਸਾਫ਼ ਹੀ ਮਿਲਣਾ ਚਾਹੀਦਾ ਜੀ। ਮੇਰਾ ਬੱਚਾ ਨੌਕਰੀ 'ਤੇ ਚੜ੍ਹਨ ਵਾਲਾ ਸੀਗਾ, ਇਹਨਾਂ ਦੀ ਇੱਕ ਗਲਤੀ ਕਰਕੇ ਸਾਡਾ ਘਰ ਹੀ ਖਰਾਬ ਹੋ ਗਿਆ ਅੱਜ। ਜੀ ਕੀ ਨਾਮ ਹੈ? ਮੇਰਾ ਨਾਮ ਰਵਿੰਦਰ ਸਿੰਘ ਹੈ। ਰਵਿੰਦਰ ਸਿੰਘ ਜੀ, ਕੀ ਲੱਗਦਾ ਸੀ ਜਿਹੜੇ ਲੜਕੇ ਦੀ ਡੈਥ ਹੋਈ ਹੈ? ਇਹ ਮੇਰੇ ਗਵਾਂਢ ਸੀ, ਮੇਰੇ ਭਤੀਜੇ ਲੱਗਦਾ ਸੀ। ਕੀ ਗੱਲਬਾਤ ਹੋਈ ਹੈ ਜੀ? ਇਹ ਕੱਲ੍ਹ ਇੱਥੋਂ ਕਿਤੇ ਬਾਜ਼ਾਰ 'ਚੋਂ ਜਾ ਰਹੇ ਸੀਗੇ ਸਮਾਨ ਸਮੂਨ ਲੈ ਕੇ ਅਤੇ ਰਾਹ 'ਚ ਜਾਂਦੇ ਨੂੰ ਕੱਪੂ ਢਾਬੇ ਕੋਲ ਇਹਨਾਂ ਨੂੰ ਕੋਈ ਸਾਈਡ ਮਾਰ ਗਿਆ ਟਰੱਕ, ਇੱਕ ਆਰ ਜੀ ਨੰਬਰ ਸੀਗਾ ਉਹ, ਇਹਨਾਂ ਜਿਹੜੀ ਕਿ ਹਰਮਿੰਦਰ ਸਿੰਘ ਜੀ ਮੁੰਡੇ ਦੀ ਮੌਤ ਹੋ ਗਈ, ਇੱਕ ਮੁੰਡੇ ਸੱਟਾਂ, ਉਹ ਬੇਟੇ ਦਾਖਲ ਹੈ। ਅੱਛਾ, ਕੀ ਹੁਣ ਤੁਸੀਂ ਥਾਣੇ ਆਏ ਹੋ, ਕੀ ਮੰਗ ਕੀ ਹੈ ਤੁਹਾਡੀ? ਸਾਡੇ 'ਤੇ ਇਹੀ ਜਿਹੜੀ ਬੰਦ ਦੀ ਕਾਰਵਾਈ ਕੀਤੀ ਜਾਵੇ, ਇਨਸਾਫ਼ ਮਿਲ ਜੇ ਮੁੰਡਿਆਂ ਦੀ ਮੌਤ ਹੋ ਜਾਣ। ਗੱਡੀ ਵਾਲੇ ਟਰੇਸ ਹੋ ਗਏ ਜੀ? ਗੱਡੀ ਟਰੇਸ ਹੋ ਗਏ, ਹਾਂਜੀ। ਪੁਲਿਸ ਕੀ ਕਹਿੰਦੀ ਹੈ ਹੁਣ ਤੁਹਾਨੂੰ? ਪੁਲਿਸ ਕਾਰਵਾਈ ਕਰੀ ਜਾਂਦੀ ਹੈ, ਫੇਰ ਕੱਟੀ ਜਾਂਦੀ।